हरजोत कमल साढ़े नाल जुड़ चुके ने। हरजोत जी वधाइयां, तुहानू टिकट बीजेपी ने दित्ती है। ਤੁਹਾਡਾ ਵੀ ਤੁਸੀਂ ਚੈਨਲ ਤੇ ਲਿਆ ਜੀ, ਔਰ ਸਾਡੇ ਸਾਰੇ ਤਮਾਮ ਦਰਸ਼ਕਾਂ ਨੂੰ ਵੀ ਨਮਸਕਾਰ। ਔਰ ਮੈਂ ਬੀਜੇਪੀ ਦੇ ਸਾਡੇ ਜਿਹੜੇ ਸਾਰੇ ਸੀਨੀਅਰਸ ਨੇ ਉਹਨਾਂ ਦਾ ਮੈਂ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ, ਆਪਣੀ ਪਾਰਟੀ ਤੋਂ ਮੈਨੂੰ ਟਿਕਟ ਦੇ ਕੇ ਮੌਕੇ ਤੋਂ ਨਵਾਜ਼ਿਆ। ਹਰਜੋਤ ਜੀ, ਚੁਣੌਤੀ ਕਿਵੇਂ ਮੰਨਦੇ ਹੋ? ਦੇਖੋ, ਕਾਂਗਰਸ ਪਾਰਟੀ ਮੋਗਾ ਤੋਂ ਟਿਕਟ ਤੁਹਾਨੂੰ ਉਸਨੇ ਨਹੀਂ ਦਿੱਤੀ, ਪਰ ਤੁਸੀਂ ਬੀਜੇਪੀ ਤੋਂ ਲੜ ਰਹੇ ਹੋ। ਇੱਕ ਪਾਸੇ ਸੂਦ ਪਰਿਵਾਰ ਹੈ, ਦੂਜੇ ਪਾਸੇ ਤੁਸੀਂ ਹੋ। ਇਹ ਲੜਾਈ ਹੁਣ ਸੂਦ ਪਰਿਵਾਰ ਦੇ ਨਾਲ ਹਰਜੋਤ ਦੀ ਨਹੀਂ ਹੈਗੀ। ਇਟਸ ਨੋਟ ਬਿਟਵੀਨ ਮਾਲਵਿਕਾ ਸੂਦ ਐਂਡ ਹਰਜੋਤ ਕਮਲ, ਇਟਸ ਕਾਂਗਰਸ ਐਂਡ ਬੀਜੇਪੀ ਜੀ। ਲੱਗਦਾ ਕੀ ਹੈ ਹਰਜੋਤ ਜੀ, ਟੱਕਰ ਸਿਆਸੀ ਕਿਵੇਂ ਦਊਂਗੇ? ਦੇਖੋ, ਪਾਰਟੀ ਤੁਸੀਂ ਬਦਲੀ ਹੈ, ਨਵਾਂ ਤੁਹਾਡਾ ਕਰੀਅਰ ਹੈ ਬੀਜੇਪੀ ਦੇ ਵਿੱਚ। ਗੁਸਤਾਖੀ ਲਈ ਮਾਫੀ, ਮੈਨੂੰ ਫੋਨ ਬਹੁਤ ਵੱਜੀ ਜਾਂਦੇ, ਹੁਣ ਹੀ ਟਿਕਟ ਡਿਕਲੇਅਰ ਹੋਈ ਹੈ। ਚਲ ਠੀਕ ਹੈ, ਬਹੁਤ ਸ਼ੁਕਰੀਆ, ਤੁਸੀਂ ਫਿਰ ਵੀ ਸਾਡੇ ਨਾਲ ਜੁੜੇ, ਤੁਹਾਡਾ ਸ਼ੁਕਰੀਆ। ਵਿਜੇ ਸਾਂਪਲਾ ਸਾਡੇ ਨਾਲ ਜੁੜ ਚੁੱਕੇ ਨੇ, ਫਗਵਾੜਾ ਐਸੀ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਸਾਂਪਲਾ ਸਾਹਿਬ, ਕਿਵੇਂ ਸਿਆਸੀ ਟੱਕਰ ਦਊਂਗੇ? ਟਿਕਟ ਤੁਹਾਨੂੰ ਦਿੱਤੀ ਗਈ ਹੈ ਜੀ। ਅਸੀਂ ਤਾਂ ਹਾਈ ਕਮਾਂਡ ਦਾ ਜੋ ਵੀ ਉਹਨਾਂ ਦਾ ਫੈਸਲਾ ਉਹਨੂੰ ਸਿਰ ਮੱਥੇ ਲਿਆ ਸੀ, ਉਹਨਾਂ ਨੇ ਜੋ ਅਜੇ ਕੀਤਾ ਸੀ ਉਹਦੇ ਉੱਤੇ, ਔਰ ਅਸੀਂ ਤਾਂ ਧੰਨਵਾਦ ਵੀ ਕਰਾਂਗੇ ਹਾਈ ਕਮਾਂਡ ਦਾ ਕਿ ਜਿਹਨਾਂ ਨੂੰ ਮੈਨੂੰ ਉਹਨਾਂ ਨੇ ਇਸ ਚੀਜ਼ ਤੋਂ ਲੜਨ ਦਾ ਮੌਕਾ ਵੀ ਦਿੱਤਾ ਔਰ ਆਸ਼ੀਰਵਾਦ ਦਿੱਤਾ। ਔਰ ਹਾਈ ਕਮਾਂਡ ਦਾ, ਮੋਦੀ ਜੀ ਦਾ, ਅਮਿਤ ਸ਼ਾਹ ਜੀ ਦਾ, ਸਾਰਿਆਂ ਦਾ, ਮੈਂ ਤਾਂ ਉਹਨਾਂ ਨੂੰ ਧੰਨਵਾਦ ਹੀ ਕਰਾਂਗਾ। ਔਰ ਜਿਹੜਾ ਮੈਂ, ਕਿਉਂਕਿ ਪਹਿਲਾਂ ਵੀ ਫਗਵਾੜੇ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਨੇ, ਜਿਵੇਂ ਜਦੋਂ ਮੈਂ ਪੀ ਲਿਆ ਅਤੇ ਉੱਥੇ ਬਹੁਤ ਵੱਡਾ ਪੁੱਲ ਦਾ ਨਿਰਮਾਣ ਕੀਤਾ, ਏਅਰਪੋਰਟ ਬਣਾਇਆ, ਪਾਸਪੋਰਟ ਆਫਿਸ ਬਣਾਇਆ, ਉੱਥੇ ਜਿਹੜਾ ਅਲਮੋਨੀਅਮ ਦਾ ਜਿਹੜਾ ਕਿਉਂਕਿ ਇੰਜਨ ਪਾਰਟ ਪਾਉਂਦੇ ਆ, ਉਹਨਾਂ ਦੇ ਲਈ ਕਲੱਸਟਰ ਬਣਾਇਆ ਸੀ। ਔਰ ਜਿਹੜਾ ਪਾਰਸਲ ਆਫਿਸ ਜਿਹੜਾ ਸੀ, ਨਹੀਂ ਸੀਗਾ ਪਾਰਟ ਇੰਡਸਟਰੀ ਹੋਣ ਦੇ ਬਾਵਜੂਦ ਉੱਥੇ ਨਹੀਂ ਸੀ, ਉਹ ਵੀ ਮੈਂ ਬਣਾਇਆ ਸੀ। ਔਰ ਪਾਰਟੀ ਦਾ ਮਾਨ ਸਨਮਾਨ ਵੀ ਵਧਾਵਾਂਗੇ ਔਰ ਪਾਰਟੀ ਦਾ ਪ੍ਰਚਾਰ ਜਿਹੜਾ ਲੋਕਾਂ ਤੱਕ ਪਹੁੰਚੇ, ਇਹਦੇ ਲਈ ਸਾਰੀ ਚੀਜ਼ ਕੰਮ ਕਰਾਂਗੇ। ਔਰ ਸਾਡਾ ਸਭ ਇਸ ਵਾਰ NDA ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਵੀ ਸਾਥ ਹਾਸਲ ਕਰ ਚੁੱਕੇ, ਕਿਸ ਤਰ੍ਹਾਂ ਜਿਹੜਾ ਉਹਨਾਂ ਦੇ ਸਿਆਸੀ ਸਮਰਥਨ ਨਾਲ ਬੀਜੇਪੀ ਨੂੰ ਹੋਰ ਆ ਹੁੰਗਾਰਾ ਮਿਲੇਗਾ? ਨਿਸੰਦੇਹ ਉਹਨਾਂ ਦਾ ਵੀ ਹੁੰਗਾਰਾ ਜਿਹੜਾ ਸਾਨੂੰ ਜਿਹੜਾ ਮਿਲੇਗਾ ਜੀ, ਔਰ ਉਹਨਾਂ ਦੀਆਂ ਵੀ ਜਿਹੜੀਆਂ ਵਿਆਹ ਜਗ੍ਹਾ ਦੇ ਉੱਤੇ ਉਹਨਾਂ ਦੇ ਵੀ ਜਿਹੜੇ ਸੈੱਲ ਉਹਨੀਆਂ ਟੀਮਾਂ ਹੈਗੀਆਂ, ਉਹ ਵੀ ਕੰਮ ਚ ਲੱਗਣਗੀਆਂ। ਔਰ ਕਿਉਂਕਿ NDA ਦੇ ਪਾਰਟ ਦੇ ਵਿੱਚ ਉਹ ਵੀ ਸ਼ਾਮਿਲ ਹੋਏ ਨੇ, ਅੱਜ ਤੋਂ ਉਹਨਾਂ ਦੇ ਨਿਸ਼ਾਨੇ ਤੇ ਹੀ ਪੰਜਾਬ ਦੇ ਵਿਕਾਸ ਨੂੰ ਅੱਗੇ ਲੈ ਕੇ ਜਾਵਾਂਗੇ। ਔਰ ਪੰਜਾਬ ਦੇ ਵਿੱਚ ਜਿਹੜੀ ਅੱਜ ਅਸੀਂ ਕਹਿ ਸਕਦੇ ਹਾਂ ਕਿ ਆਦਮੀ ਪੂਰੇ ਇੱਥੇ ਅਸੁਰੱਖਿਅਤ ਜਿਹਾ ਆਪਣੇ ਆਪ ਨੂੰ ਸਮਝ ਰਿਹਾ ਸੀ, ਔਰ ਭਾਈਚਾਰਕ ਸਾਂਝ ਜਿਹੜੀ ਉਹ ਟੁੱਟਦੀ ਜਾ ਰਹੀ ਸੀ, ਉਸਨੂੰ ਮਜ਼ਬੂਤ ਕਰਨ ਦੇ ਲਈ ਔਰ ਪੰਜਾਬ ਨੂੰ ਸੁਰੱਖਿਆ ਦੀ ਦੇ ਸੀ, ਕਿਉਂਕਿ ਬਰਾਬਰ ਬਾਰਡਰ ਸਟੇਟ ਹੋਣ ਕਰਕੇ ਇਹਦਾ ਹੋਰ ਵੀ ਮਹੱਤਵ ਬਣਦਾ ਹੈ, ਔਰ ਇਹਦੇ ਵਿੱਚ ਸੁਰੱਖਿਆ ਜਿਹੜਾ ਬਹੁਤ ਵੱਡਾ ਜਿਹੜਾ ਲੈਪਸ, ਇੱਥੇ ਤਾਂ ਪ੍ਰਧਾਨ ਮੰਤਰੀ ਨੂੰ ਵੀ ਰਸਤੇ ਕਿਤੇ ਉੱਥੇ ਰਾਸਤਾ ਰੋਕ ਦਿੱਤਾ ਗਿਆ, ਤਾਂ ਬਹੁਤ ਵੱਡਾ ਲੈਪਸ ਗਾ ਜਿਹੜਾ ਇਸ ਵੇਲੇ ਪੰਜਾਬ ਦੀ ਸਾਖ ਜਿਹੜੀ ਆ ਪੂਰੇ ਦੇਸ਼ 'ਚ ਨਹੀਂ ਪੂਰੀ ਦੁਨੀਆ 'ਚ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਨੇ, ਕਾਂਗਰਸ ਨੂੰ ਸਿਆਸੀ ਟੱਕਰ ਕਿਵੇਂ ਬੀਜੇਪੀ ਦੇਗੀ? ਸਿਆਸੀ ਟੱਕਰ ਮੰਨਦੇ ਹੋ ਕਾਂਗਰਸ ਜਾਂ ਅਕਾਲੀ ਦਲ ਦੀ? ਦੇਖੋ, ਇਸ ਵੇਲੇ ਤਾਂ ਕਿਉਂਕਿ ਮੈਂ ਕੋਈ ਹੋਰ ਵੱਡੀ ਗੱਲ, ਕਿਉਂਕਿ ਅੱਜ ਟਿਕਟ ਅਨਾਊਂਸ ਹੋਇਆ, ਹੋਰ ਵੱਡੀ ਗੱਲ ਨਹੀਂ ਕਰਾਂਗਾ ਜੀ। ਪਰ ਜਿਹੜਾ ਆ ਕਾਂਗਰਸ ਦੇ ਕੋਲ ਕੋਈ ਮੁੱਦਾ ਨਹੀਂ, ਕਿਸ ਮੁੱਦੇ ਨਾਲ ਲੜੇਗੀ? ਵਿਕਾਸ ਕੋਈ ਨਹੀਂ ਕੀਤਾ, ਝੂਠੇ ਵਾਅਦੇ ਕੀਤੇ, ਔਰ ਸੁਰੱਖਿਆ ਦੀ ਦ੍ਰਿਸ਼ਟੀ ਦੇ ਨਾਲ ਚਾਹੇ ਉਹ ਬੰਬ ਬਲਾਸਟ ਜਿੱਥੇ ਹੁੰਦੇ ਆ ਜਿਹੜਾ ਕੁਛ ਇੰਨਾ ਨੁਕਸਾਨ ਹੁੰਦਾ, ਔਰ ਉੱਥੇ ਉਹਨਾਂ ਨੇ ਕੁਛ ਵੀ ਉਹਨਾਂ ਦੀ ਕਾਰਗੁਜ਼ਾਰੀ ਨਹੀਂ ਰਹੀ। ਵਰਕਰ ਦੀ ਇੱਕ ਆਮ ਆਦਮੀ ਤੋਂ ਲੈ ਕੇ ਉੱਪਰ ਤੱਕ ਉਦਯੋਗਪਤੀਆਂ ਤੱਕ ਕਿਸੇ ਦੇ ਪੱਖ ਦੀ ਵੀ ਕੋਈ ਗੱਲ ਨਹੀਂ ਹੋਈ, ਔਰ ਇੱਥੋਂ ਤੱਕ ਕਿ ਜਿਹੜੀਆਂ ਬਾਅਦ ਚੁਣਾਵ ਵੀ ਘੋਸ਼ਣਾਵਾਂ ਤਾਂ ਹੋਈਆਂ ਪਰ ਪੂਰੀ ਫੁਲਫਿਲ ਕੋਈ ਨਹੀਂ ਕਰ ਪਾਇਆ। ਤਨੀ ਜੀ ਅਸੀਂ ਦੇਖ ਰਹੇ ਹਾਂ, ਸਿਰਫ ਘੋਸ਼ਣਾ ਹੀ ਕਰੀ ਗਏ, ਫੁਲਫਿਲ ਇੱਕ ਵੀ ਨਹੀਂ ਹੋਈ।
और हर चीज के अंदर एक बहाना जी फाइल गवर्नर साहब को पे एक भी जी इदा नहीं होंगी है और घोषणावां कर पर उन्होंने फुलफिल उन्होंने इंप्लीमेंट करने के किते ना किते लोगों लोग झूठे वादे कर तो इस करके लोग हम समझ चुके हैं। बहुत शुक्रिया सांपला जी साडे नाल जुड़े विजय सांपला जिन्हां नूं के फगवाड़ा तो टिकट दिती गई है।